ਹਰਿਆਣਾ ਜਿੰਨੇ ਮੇਰੇ ਵੀਰ ਭਰਾ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਆ ਉਹ ਵੀਡੀਓ ਜ਼ਰੂਰ ਦੇਖ ਕੇ ਦੂਜੇ ਪਾਸੇ ਆਪਾਂ ਮੰਮੀ ਉਹਨਾਂ ਨੂੰ ਫੋਨ ਲਾਇਆ ਹੁਣ ਜਦੋਂ ਉਹਨਾਂ ਦੇ ਜਿਹੜੇ ਪਲਾਸਟਿਕ ਪ੍ਰੋਡਕਟ ਹੋਣੇ ਆ ਨਾ ਉਹ ਸ਼ਿਫਟਾਂ ਦੇ ਚੱਲੇ ਆ ਚੰਗਾ ਆ ਜਾਓ ਟਾਈਮ ਸਿਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ ਤਾਂ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਨ ਲੱਗਿਆ ਸ਼ਾਮ ਦੇ ਨੋ ਰਾਤ ਦੇ ਕਹਿੰਦੇ 8 ਵਜੇ ਮੇਰੇ ਵੀਰੋ 9 ਇੱਥੇ ਸ਼ੋਅ ਕਰਨ ਦੇ ਆ ਪਰ 8 ਹੋਏ ਪਏ ਆ 7:52 ਹੋਏ ਆ ਬਾਹਮਣੇ ਨਹੀਂ ਲੇਟ ਕਿਉਂ ਸ਼ੁਰੂ ਕਰਨ ਦੇ ਆ ਅੱਜ ਹੈਗਾ ਸੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਇੰਡੀਆ ਅੱਜ ਮੰਡੇ ਹੋਣਾ ਵਾ ਪਰ ਸਾਡੇ ਇੱਥੇ ਹੈਗਾ ਸੀ ਸੰਡੇ ਤੇ ਹੈਪੀ ਹੋਲੀ ਪਹਿਲਾਂ ਤਾਂ ਸਾਰੇ ਇੰਡੀਆ ਵਾਲੇ ਪਰਿਵਾਰ ਨੂੰ ਸਾਰੇ ਪੰਜਾਬ ਵਾਲੇ ਨੇ ਤੇ ਇੰਡੀਆ ਵਾਲੇ ਪਰਿਵਾਰ ਨੂੰ ਹੈਪੀ ਹੋਲੀ ਸਾਰੇ ਮੇਰੇ ਵੀਰ ਭਰਾ ਆਂਟੀ ਅੰਕਲ ਜੀ ਜਿੰਨੇ ਸਾਰਿਆਂ ਨੂੰ ਹੈਪੀ ਹੋਲੀ ਤੇ ਆਪਾਂ ਰਾਤ ਨੂੰ ਵਲੌਗ ਸ਼ੁਰੂ ਕਰ ਰਹੇ ਹਾਂ ਤੇ ਪਤਾ ਨਹੀਂ ਹੁਣ ਕੀ ਬਣੇ ਰਾਤ ਅੱਗੇ ਜਾ ਕੇ ਵਲੌਗ ਤੱਕ ਹੈਪੀ ਹੋਲੀ ਕਹਿ ਦੋ ਸਾਰਿਆਂ ਨੂੰ ਤੇ ਆਹੋ ਹੈਪੀ ਹੋਲਾ ਮਹੱਲਾ ਤੇ ਵੇਖਦੇ ਹੁਣ ਬਾਹਰ ਚੱਲੇ ਸੀ ਚੈੱਕ ਕਰਦੇ ਕੀ ਮਾਹੌਲ ਚਾਲ ਆ ਬਾਹਰ ਦਾ ਕਹਿੰਦੇ ਬੱਦਲ ਹੋਏ ਆ ਬਾਹਰ ਵੇਖੀ ਜਾ ਕੇ ਕਿੱਦਾਂ ਦੇ ਆ ਚਲੋ ਗਾਈਸ ਬੱਦਲੋ ਬਦਲੀ ਹੋਇਆ ਕੰਮ ਬੱਦਲੋ ਬਦਲੀ ਆਇਆ ਬਾਹਮਣ ਜਾਣਾ ਹੀ ਤੇ ਜਾਣਾ ਚਲੋ ਚਲੀਏ ਚਲੋ ਲਾਲੀ ਵੀਰ ਜੀ ਉੱਠੋ ਚਲੀਏ ਚਲੋ ਗਾਈਸ ਮੇਰੇ ਵੀਰੋ ਆ ਗਏ ਆ ਬਾਹਰ ਬਾਹਰ ਦਾ ਮਾਹੌਲ ਚੈੱਕ ਕਰੋ ਵੈਦਰ ਅੱਧਾ ਜਾ ਜੇ ਕੁਛ ਠੰਡ ਵਾਲਾ ਮੌਸਮ ਹੋਇਆ ਪਿਆ ਜਿੱਦਾਂ ਇੰਡੀਆ ਆਪਣੇ ਥੋੜ੍ਹਾ ਬੱਦਲ ਜਿਹਾ ਹੋ ਜਾਂਦਾ ਹੁੰਦਾ ਵਾ ਉਹੋ ਜਿਹਾ ਹਿਸਾਬ ਹੋਇਆ ਪਿਆ ਅਤੇ ਯਾਰ ਹੁਣ ਚੱਲੇ ਸੀ ਸੁਪਰ ਸ਼ੋਰ ਅਤੇ ਬਾਕੀ ਇੱਕ ਗੱਲ ਕਰਨੀ ਉਹ ਵੀਰ ਦਾ ਕਮੈਂਟ ਆਇਆ ਸੀ ਕਿ ਬੈਗ 'ਚ ਪਤਾ ਲੱਗ ਗਿਆ ਸਾਨੂੰ ਕੀ ਆ ਬੈਗ 'ਚ ਸਸਪੈਂਸ ਰੱਖੋ ਜੇ ਦੱਸਾਂਗੇ ਬੈਗ 'ਚ ਕੀ ਸੀ ਸਾਰੇ ਵੀਰ ਦੱਸਿਓ ਨਾ ਮੇਰਾ ਵੀਰ ਜਿਹਨੂੰ ਪਤਾ ਲੱਗ ਗਿਆ ਵਾ ਉਹ ਮੇਰਾ ਵੀਰ ਅੱਗੇ ਨਾ ਦੱਸੇ ਕਿਸੇ ਨੂੰ ਕੀ ਸੀ ਬੈਗ 'ਚ ਅਤੇ ਇੱਕ ਹੋਰ ਵੀਰ ਦੀ ਕੰਪਲੇਂਟ ਆਈ ਸੀ ਉਹਦੇ ਵੱਲੋਂ ਸੌਰੀ ਵੀਰ ਕਹਿੰਦਾ ਸੀ ਕਿ ਝੰਡਾ ਤੁਸੀਂ ਰੋਜ਼ ਹੀ ਵਿਖਾਉਂਦੇ ਰਹਿ ਜੇ ਰੈਪੀਟੇਸ਼ਨ ਜ਼ਿਆਦਾ ਹੁੰਦੀ ਆ ਅਤੇ ਅੱਜ ਵੀ ਝੰਡਾ ਵੇਖੋ ਹਿੱਲਣ ਦਿਆ ਜੇ ਅਤੇ ਹੁਣ ਆਪਾਂ ਕੀ ਕਰੀਏ ਯਾਰ ਵੈਦਰ ਤਾਂ ਤੁਹਾਨੂੰ ਦਿਖਾਉਣਾ ਹੀ ਹੁੰਦਾ ਹੈ ਇੱਕ ਵਾਰ ਸਾਰਿਆਂ ਨੂੰ ਅਤੇ ਤਾਂ ਕਰਕੇ ਝੰਡਾ ਦਿਖਾਉਣਾ ਪੈ ਜਾਂਦਾ ਵਾ ਅਤੇ ਚਲੋ ਹੁਣ ਆਪਾਂ ਇੱਕ ਵਾਰ ਸੁਪਰ ਸ਼ੋਰ ਉਹ ਆਈਏ ਅਤੇ ਫਿਰ ਤੁਹਾਨੂੰ ਮਿਲਦੇ ਹਾਂ ਉਹ ਵੀ ਗਾਈਜ਼ ਸੁਪਰ ਸਟੋਰ ਆਏ ਹੋਏ ਸੀ ਅਤੇ ਕਹਿੰਦੇ ਮੁੰਡੇ ਐਵੇਂ ਫੀਲਿੰਗਾਂ ਜਿਹੀਆਂ ਲੈਂਦੇ ਹੋਏ ਬਹਿ ਬੂ ਕੇ ਫਨ ਕਰਨ ਦੇ ਆ ਅਤੇ ਇਹੀ ਹਾਲ ਯਾਰ ਸਾਡਾ ਸੰਡੇ ਨੂੰ ਇੱਦਾਂ ਹੀ ਦਿਨ ਲੰਘਦਾ ਜੇ ਸਾਡਾ ਸਾਰਾ ਦਿਨ ਪਹਿਲਾਂ ਤਾਂ ਯਾਰ ਮੈਂ ਉੱਥੇ ਬੈਠਾ ਰਿਹਾ ਮਤਲਬ ਘਰ ਬੈਠੇ ਰਹੇ ਜਿਹੜੀਆਂ ਅਸਾਈਨਮੈਂਟਾਂ ਵਗੈਰਾ ਡਿਊ ਹੈਗੀਆਂ ਸਟੈਟ ਦੀਆਂ ਬਾਇਓ ਦੀਆਂ ਉਹ ਸਾਰੀਆਂ ਕੰਪਲੀਟ ਕੀਤੀਆਂ ਵਾ ਅਤੇ ਉਸ ਤੋਂ ਬਾਅਦ ਕੀ ਕੀਤਾ ਕਿ ਅਸੀਂ ਰੋਟੀ ਪਾਣੀ ਹੱਲ ਹੋ ਗਏ ਰੋਟੀ ਪਾਣੀ ਖਾਧਾ ਆਪਣਾ ਲੰਚ ਵਗੈਰਾ ਕੀਤਾ ਫਿਰ ਵੀਰ ਭਰਾ ਆ ਗਏ ਦਿਲਪ੍ਰੀ ਦਲਜੀਤ ਵੀਰ ਹੁਣੀ ਗੋਪੀ ਵੀਰ ਹੁਣੀ ਸਾਰੇ ਆ ਗਏ ਅਤੇ ਫਿਰ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹੇ ਅਤੇ ਫਿਰ ਮੈਂ ਵਲੌਗ ਸਵੇਰ ਦਾ ਸ਼ੁਰੂ ਹੀ ਨਹੀਂ ਕੀਤਾ ਯਾਰ ਮੇਰਾ ਮਨ ਹੀ ਨਹੀਂ ਕਰਨ ਦਾ ਕਿਉਂਕਿ ਕੁਛ ਹੈਗਾ ਹੀ ਨਹੀਂ ਅੱਜ ਕੰਟੈਂਟ ਨਹੀਂ ਹੈਗਾ ਮੇਰੇ ਤੋਂ ਕੋਈ ਤਾਂ ਕਰਕੇ ਮੈਂ ਸ਼ੁਰੂ ਹੀ ਨਹੀਂ ਕੀਤਾ ਅਤੇ ਫਿਰ ਹੁਣ ਬਾਹਰ ਨਿਕਲਣ ਲੱਗੇ ਸੀ ਅਤੇ ਬਾਹਮਣ ਕਹਿੰਦਾ ਕਿ ਯਾਰ ਵਲੌਗ ਨਹੀਂ ਮਤਲਬ ਕਿ ਅੱਜ ਬਣਾਇਆ ਕਿ ਐਂਡਿੰਗ ਫਿਰ ਅੱਜ ਅਸੀਂ ਕਰਨੀ ਮੈਂ ਕਿਹਾ ਕੋਈ ਚੱਕਰ ਨਹੀਂ ਐਂਡਿੰਗ ਤੁਸੀਂ ਕਰ ਲਿਓ ਅਤੇ ਤਾਂ ਕਰਕੇ ਫਿਰ ਮੈਨੂੰ ਯਾਰ ਵਲੌਗ ਸ਼ੁਰੂ ਕਰਨਾ ਹੀ ਪਿਆ ਰਾਤ ਦੇ 8 ਵਜੇ ਵਲੌਗ ਸ਼ੁਰੂ ਕੀਤਾ ਪਤਾ ਨਹੀਂ ਹੁਣ ਕੀ ਬਣੂਗਾ ਕੀ ਨਹੀਂ ਉਹ ਤਾਂ ਤੁਹਾਨੂੰ ਵਲੌਗ 'ਚ ਨਾਲ ਦੀ ਨਾਲ ਦੇਖਦੇ ਰਹੋ ਦੇਖਦੇ ਹਾਂ ਕੀ ਬਣਦਾ ਅਤੇ ਬਾਕੀ ਹੁਣ ਆਪਾਂ ਇੱਥੇ ਬੈਠੇ ਹੋਏ ਸੀ ਅਤੇ ਘਰ ਜਾ ਕੇ ਆਪਾਂ ਬਣਾਉਣੀ ਆ ਕੜੀ ਅਤੇ ਨਾਨੀ ਨੂੰ ਮੈਂ ਪੁੱਛ ਲਿਆ ਸੀ ਹੁਣੇ ਨਾਨੀ ਨਾਲ ਕਾਲ 'ਤੇ ਕਰਨ ਦਿਆਂ ਸੀ ਗੱਲ ਅਤੇ ਆਪਾਂ ਆਪਣੀ ਪਿਆਰੀ ਨਾਨੀ ਜੀ ਨੂੰ ਪੁੱਛ ਲਿਆ ਵੀ ਕਿ ਕੜੀ ਕਿੱਦਾਂ ਬਣਾਈ ਦੀ ਆ ਅਤੇ ਫਿਰ ਹੁਣ ਬਣਾਵਾਂਗੇ ਘਰ ਜਾ ਕੇ ਕੜੀ ਅਤੇ ਚਲੋ ਉਹਨੇ ਚਿਰ ਤੱਕ ਉੱਥੋਂ ਸਮਾਨ ਵਗੈਰਾ ਲੈ ਲਈਏ ਥੋੜ੍ਹਾ ਜਿਹਾ ਜਿਹੜਾ ਲੈਣਾ ਅਤੇ ਫਿਰ ਤੁਹਾਨੂੰ ਮਿਲਦੇ ਹਾਂ ਲਓ ਵੀ ਗਾਈਜ਼ ਮੈਂ ਇੱਥੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਅਤੇ ਸਾਨੂੰ ਬੋਟਲ ਵਾਲਾ ਸੈਕਸ਼ਨ ਵੇਖ ਗਿਆ ਅਤੇ ਫਿਰ ਮੈਂ ਸੋਚਿਆ ਕਿ ਬੋਟਲ ਇੱਕ ਲੈ ਜਾਈਏ ਅਤੇ ਬਾਕੀ ਮੇਰੇ ਵੀਰ ਭਰਾ ਜਿੰਨੇ ਵੀ ਆਉਂਦੇ ਉਹ ਸਾਰੇ ਇੰਨਾ ਕੁ ਧਿਆਨ ਰੱਖਿਓ ਕਿ ਜਦੋਂ ਆਉਣਾ ਤੁਸੀਂ ਇੱਕ ਬੋਟਲ ਜ਼ਰੂਰ ਲੈ ਕੇ ਆਇਓ ਆਪਣੇ ਨਾਲ ਮਿਲਟਨ ਦੀ ਲੈ ਆਇਓ ਸੈਲੋ ਦੀ ਲੈ ਆਇਓ ਕੋਈ ਵੀ ਲੈ ਆਇਓ ਉਹ ਤੁਹਾਡੇ 'ਤੇ ਆ ਪਰ ਇੱਕ ਬੋਟਲ ਜ਼ਰੂਰ ਲੈ ਕੇ ਆਇਓ ਕਿਉਂਕਿ ਇੱਥੇ ਆ ਗਿਆ ਯਾਰ ਬੋਟਲ ਦੀ ਲੋੜ ਬਹੁਤ ਪੈਂਦੀ ਆ ਕਿਉਂਕਿ ਪਾਣੀ ਵਗੈਰਾ ਪੀਣਾ ਹੁੰਦਾ ਬਾਹਰ ਵੀ ਆਪਾਂ ਜਾਣਾ ਹੁੰਦਾ ਜਿੱਦਾਂ ਰੈਜ਼ਿਊਮੇ ਵਗੈਰਾ ਵੰਡਣ ਜਾਂਦੇ ਹੋ ਅਤੇ ਉੱਥੇ ਵੀ ਕਈ ਵਾਰ ਪਾਣੀ ਹੁੰਦਾ ਵਾ ਕਈ ਵਾਰ ਨਹੀਂ ਹੁੰਦਾ ਕਿਸੇ ਜਗ੍ਹਾ 'ਤੇ ਅਤੇ ਤਾਂ ਕਰਕੇ ਜ਼ਰੂਰ ਯਾਦ ਰੱਖਿਓ ਕਿ ਬੋਟਲ ਲੈ ਕੇ ਆਇਓ ਵੈਸੇ ਮੈਂ ਸੋਚਣਾ ਵਾ ਇਹ ਵਾਲੀ ਲੈ ਲਾਂ ਅਤੇ ਇਹ ਦੇਖਦੇ ਹੁਣ ਲੈਂਦੇ ਹਾਂ ਕਿ ਨਹੀਂ ਲੈਂਦੇ $15 ਦੀ ਆ ਕੁਝ ਜ਼ਿਆਦਾ ਮਹਿੰਗੀ ਨਹੀਂ ਆ $15 ਲਾ ਲਓ ਤੁਸੀਂ 950 ਦੀ ਹੋ ਗਈ 1,000 ਰੁਪਏ ਦੀ ਆ ਅਤੇ 1 ਲੀਟਰ ਵਾਲੀ ਵੈਸੇ ਇੰਡੀਆ ਵੀ ਆਪਣੇ ਜਿਹੜੀ ਹੁੰਦੀ ਆ ਮਿੰਟਨ ਵਗੈਰਾ ਦੀ ਉਹ ਵੀ ਇੰਨੇ ਕੁ ਦੀ ਮਿਲ ਜਾਂਦੀ ਆ ਹੁਣ ਮੈਂ ਦੇਖਦਾ ਲੈਣੀ ਆ ਕਿ ਨਹੀਂ ਲੈਣੀ ਜਾਂ ਤਾਂ ਸੋਚਦਾ ਕਿ ਗਰਮੀਆਂ 'ਚ ਹੀ ਲਵਾਂਗੇ ਅਤੇ ਇੱਧਰ ਆਪਾਂ ਆ ਗਏ ਹੁਣ ਪੈਨ ਵੱਲ ਅਤੇ ਪੈਨ ਲਾ ਲਓ ਆ $4 ਦੀ ਆ ਛੰਨਣੀ ਜਿਹੜੀ ਹੁੰਦੀ ਆ ਆਟਾ ਛੰਨਣ ਲਈ ਆ ਸ਼ਾਇਦ ਇਹ ਛਾਨਣੀ ਅਤੇ ਆਹ ਪੈਨ ਆ $10 ਦਾ ਮਤਲਬ ਕਿ 10 × 6 62 ਕਰ ਲਓ 620 ਰੁਪਏ ਦਾ ਹੈਗਾ ਜੇ ਆ ਨੋਨ ਸਟਿਕ ਇੰਡਕਸ਼ਨ ਵਾਲਾ ਅਤੇ ਇਹ ਉਸ ਤੋਂ ਵੱਡਾ ਸਾਈਜ਼ ਇਹਨੂੰ ਇਹਦੇ ਨਾਲ ਕਰ ਲਓ ਲਾ ਲਓ ਇਹ ਵੀ ਹੋ ਗਿਆ 13 ਮਤਲਬ 700-800 ਦਾ ਹੈਗਾ ਵਾ ਅਤੇ ਇਹ ਦੂਜੇ ਪੈਨ ਹੋ ਗਏ ਵੱਡੇ ਵਾਲੇ ਅਤੇ ਇਹ ਅਲੱਗ ਆ ਗਏ ਥੋੜ੍ਹੀ ਮੇਰੇ ਹਿਸਾਬ ਨਾਲ ਕੁਆਲਿਟੀ ਦਾ ਫਰਕ ਹੋਊਗਾ
देखो ये थोड़े जे महंगे है इन्हां दे विच आ 30 दा वा ये 45 दा वा ये तवा वा आ गया नहीं कढ़ाई आ ये तो मतलब इत्थे जिहड़े आ चीज़ा ये चीज़ा हैगियां महंगियां ते कई मेरे वीर भरावां ने रीलां वगैरह देखियां होणियां वो मैं भी देखियां सी मैं तुहानूं हुण उहदी सच्चाई दसदा वा जिद्दां आपां चल जांदे आ डॉलर आमा स्टोर ते आ उहो जे मतलब कि थोड़े जिहड़े कैनेडियन स्टोर हैगे आ 1 डॉलर स्टोर हो गया 1 डॉलर स्टोर उन्हां ते चल जांदे उन्हां दी सच्चाई ये है कि यार जिद्दां हुण आपां जांदे आ अपने तुसीं इंडिया होओगे तुसीं वी किसे लो उहदे वाले ते लो गुडविल वाले सुपर स्टोर ते नहीं जांदे होओगे है ना ते की गल हुंदी आ कि जिहड़े उन्हां वाले हुंदे उह बणे हुंदे आ कैमिकल्स दे नाल हुण जदों उन्हां दे जिहड़े प्लास्टिक प्रोडक्ट हुंदे आ ना उह सारे बणे हुंदे कैमिकल्स दे नाल मैं जदों आना ही कैनेडा मैं भी ये रील देख के आया ही एक कि भांडे वगैरह नाल हैगा वह एक एक दो दो डॉलर के भांडे मिल जाते पर इत्थे आके जिहड़ी सच्चाई पता लगी ये आ कि जे उस स्टोर से आप जाइए उन्हां दे भांडे मिलते हैं कैमिकल्स के नाल सिंथैटिक जिहड़े कन्वर्ट करके बना के कंबाइन करके बनाए होंगे तो जो हीटअप होंगे तो उन्होंने जो कैमिकल वो खाने के अपने रिलीज़ हो सकते हैं तो उसे तो अपनी हैल्थ इफेक्ट कर बोटल यार मैं सोचा लै भी जावा कि ना लैके जाव चलो एक बार ना ऐत की करते हैं कि कमेंट कर दो जे तो तुम कहो कि यस कि बोटल लै आओ तो आप लै जाएंगे जे मना कर दोगे तो रहन देंगे ये हम ढाडे तो बोटल आप लीए कि ना लीए तो चलो हम इन्हों सदी बाकी फिर चलीए घर ओके गाइज वो भी गाइज आप आ गए बाहर सुपर शोर तो मेरा भी यार जरूर कमेंट जरूर करो जे तो तुम कह दोगे यस कि बोटल लै आओ तो फिर आप बोटल लै आवे जे तो कहो नहीं तो फिर रहन देंगे तो बाकी यार ढाडे ना गल करते हैं वीर उन्होंने खिंचन दी फोटो तो एक गल करनी ही ढाडे ना सारे ना जिन्हें मेरे वीर भरा इंटरनेशनल स्टूडेंट्स आ रहे हैं वो वीडियो जरूर देख के स्किप ना करो आह वाले पार्ट तो बाकी चलो तुम कर देंगे हो गए ये वाले पार्ट तो ना करो कि यार इतने आ गए ना जो तुम आओगे ना तो बड़ा कुछ फेस करना पैना बहुत सारिया प्रॉब्लम्स फेस करोगे तो बाकी इतने आके तो 3-4 दिन महीना एक भी हो सकता हफ्ता एक भी हो सकता तुम्हें इदा लगेगा कि यार कितने आ गए इंडिया वधिया ही पंजाब वधिया ही रमान ना उठीदा ही सोईदा ही खाईदा पीदा ही ऐश करीदी ही है ना तो ये चीज़ सारे ना होंगी आ तुम कल नहीं हो गए कई होंगे जेडे ये चीज़ में दसन लग जाते कि हाँ साढ़े नाल ये होंगे वा अं ये चीज़ फेस करन दे तो कई मेरे वीर भरा होंगे वो बोलते नहीं आ मतलब शो नहीं करते है ना ये चीज़ होंगी सारिया ना वा तो पर यह गलू तुम डीमोटिवेट नहीं होना काम नहीं मिलन दिया थोड़ा वेट करो सबर करो हाँ भी हूँ 3 महीने जिदा हो गए काम जरूर मिलेगा इदा की कोई गल नहीं काम नहीं मिलता क्योंकि एक तो होंगे किस्मत से जिदा किस्मत होगी उन्होंने काम जल्दी मिल जाता जिदा वो दलजीत भीर होनी गोपी भीर होनी है उन्होंने काम जल्दी मिल गया ही कई भरा अपने इदा होंगे जिन्हों 3 महीने बाद मिलता 4 महीने बाद मिलता मेरे यार दोस्त कई इदा दे चलो आ सिटी नहीं आए यह दूजी सिटी गए उन्होंने काम थोड़ा लेट मिले 4-4 महीने कई क्या 5-5 महीने बाद भी मिले ये चीज़ तो तुम डीमोटिवेट नहीं होना कि सूँ काम नहीं मिलन दिया ये चीज़ का बस तुम सबर करो काम सारे मिलेगा तो हिम्मत नहीं हारनी मेरे वीर भराओ तो टेंशन लैन वाली कोई गल नहीं है इतने आराम नाल तुम ये चीज़ देख के खुश होया करो कि जिथे हुण तुम उत्थे इंडिया ही सारा कुछ डिपेंडेंट ही कि मतलब तुम ऐश करीदे ही सौंदे उठते ही रोटी पानी खाते ही मिलिया पक्या पकाया मिल जाता ही है ना तो इतने आगे की होया तुम आप कर सीखन दो चीज़ा किदा बनानी है रोटी किदा लानी है सब्जी किदा बनानी वो सब कुछ तुम सीखते हो है ना तो ये चीज़ एक अपना तुम मोटीवेशन लैके चलना वा कि अं नवी चीज़ा सीखन दे हूँ जी प्रॉब्लम्स आदि ढी लाइफ वो तुम खुद टैकल कर दौ खुद उन्होंने सॉल्व कर दौ तुम किसी तो डिपेंडेंट नहीं है तो ये चीज़ तुम इंडिपेंडेंट बन दौ तू इंडिपेंडेंट सिखा बनाना बना दिया वा कैनेडा है ना तो ये चीज़ तुम कभी भी स्ट्रैस नहीं लैना किसी चीज़ का क्योंकि अजक की होंगे कि हार्ट अटैक वाली न्यूज़ बड़िया आदि है ना तो ना तो एक तुम स्ट्रैस लैना वा तो ना तो किसी चीज़ की टेंशन लैनी है कि साढ़े ना इदा होंगे उदा होंगे क्योंकि ये जो बंदा लैन लग जाता ना एंगजाइटी उन्होंने होने लग जाती है बंदे डिप्रैशन चल जाते हैं तो एक मेरे वीर भरा इन्नी गल जरूर ध्यान रखियो कि जेडे भी मेरे वीर भरा ने आना वा वह कला ना रवे क्योंकि जो बंदा कला रहा वा ना सॉरी मैं उधर न कर लिया क्योंकि थले देखना ही दिल करना हो जो यार बंदा कला रहा ना वो ज़्यादा दिमाग पर असर पैंता क्योंकि उन्हें एको ही रूम के बंद कमरे च उन्हें रही है ना हूँ अं यार वेखो अं है 6 जने 5-6 जने हाँ साडा भी जो अं अज जिदा संडे ही अं सवेर के घर ही सूँ अंदर ही होने लगे कि यार की किदा आ गए कितने आ गए तो करके अं दिन के एक ना एक टाइम तो बहर अं जाइए ही भावें इदा चल जाइए इतने बहर ही अपार्टमेंट से सैर करी जाइए या फिर कितने घूमन चल जाइए है ना तो कला मेरा वीर ना रहो क्योंकि कले जे रहोगे तो डिप्रैशन होने के चांसिस वे आप कड़ी की प्रैपरेशन करती स्टार्ट दूजे पास आप मम्मी उन्होंने फोन लाया मम्मी जी तो आप हम कड़ी का एक बार कर लिए बैटर जहा तैयार चंगी तरह घोल घोल के फिर तुम मिलते हैं हो गए और भी गाइज इधर आप कड़ी रखती उपर बामन नहीं चले सा छड़ के कहते शिफ्ट से चले कहते शिफ्ट से चले मुंडे शिफ्टा दे चले चंगा आज टाइम सिर ही
अपनी कड़ी भी हो गई है रेडी, चेक करा दी कि पकौड़े पाले ही आप जे पे ही अपने कल आए मामू ने फिलहाल ला लो हो गया जे 11-13 शो कर दे ना ला लो हिसाब घंटा एक पिछे कर लो 10-13 हो गए रोटी भी बन गई, चौल भी, कड़ी भी, हुण आपां खावांगे ते खा के ते फिर तुहानूं मिलदे आ ते दसदे आ किदां दी बणी आ ते खाण तों बाद ही पता लगूगा। ओके गाइस लाइक कमेंट कर दो उन्ने चिर तक। लो वी गाइस आपां ते वेला रोटियां ना आपां ते खा पी के हो गए वेले, भांडे भी अपन नाल दी नाल ही साफ करते आ, चैक कर सकते हो। तो हुण बस करना की आ, आपां जाणा पै जो तो बामू नूं नहीं आणगे जे ते उन्होंने रोटी खानी होगी तो उन्होंने ला देंगे, तो नहीं तो फिर यार नहीं तो अजे पैन लगे। फिलहाल मैं ढाडे लिए व्लॉग एडिट करा, टाइम हो गया जे 11 बज गए जे ढाडे लिए अज का व्लॉग एडिट करिए, तो फिर वेखते हैं बामू नूं जो आते एंडिंग उदों ही करांगे। बामण कहिंदा हुंदा मैनूं एंडिंग करनी व्लॉग की, तो करके बामन तो करावे एंडिंग, उन्ने चिर तक आप बजे हूँ रमान ना ब्लॉग एडिट करिए। ओके गाइस कहते बामन नहीं आ गए ही घर, तो आप पुछिए रोटी पानी उन्होंने खवा दा, आप कड़ी का पुछिए पहला तो लाली तो जाइए रिव्यू कड़ी कितना दी। ओके ही बची नहीं भरा इतने, मतलब रही नहीं कड़ी उन्नी बनी ही जिनी क खा जानी आ। वधिया गल आ, उन्नी की चीज़ बनाइए बाद चाडी यार वेस्ट बड़ी होंगी आ, कमेंट फोन है बड़ा कसूता है गुरु आप ਕਹਿੰਦੇ ਕਿ ਤੁਹਾਡੇ ਲਿਵਿੰਗ ਸਟੈਂਡਰਡ ਨਹੀਂ ਵਧੀਆ ਇੱਥੇ ਰਹਿਣ ਦੇ ਕੈਨੇਡਾ 'ਚ, ਠੀਕ ਹੈ ਤੁਹਾਡਾ ਸਟੋਵ ਸਟੋਵ ਕਹਿੰਦਾ ਉਹ ਜਿਹੜੀ ਗਿਆ ਉਹ ਕਹਿੰਦਾ ਰਹਿਣ ਦੋ ਕਿਹੜੇ ਕਹਿੰਦੇ ਕਹਿੰਦੇ ਤੁਹਾਡਾ ਸਟੋਵ ਗੰਦਾ ਹੁੰਦਾ ਵਾ ਇਹ ਤੁਹਾਡੇ ਲਿਵਿੰਗ ਸਟੈਂਡਰਡ ਆ ਇੱਥੇ ਰਹਿਣ ਦੇ ਰੁਕ ਜੋ ਇਹ ਖਾਣੇ ਰੋਟੀ ਨੇ ਚਾਹੀਦੇ ਤੇ ਆਪਾਂ ਨੂੰ ਕੋਈ ਚੱਕਰ ਨਹੀਂ ਆ ਆਪਾਂ ਸਫਾਈ ਵੀ ਰੱਖੀ ਦੀ ਆ ਫਿਰ ਮੱਥੇ ਆ ਜੋ ਵੀ ਆ ਜੋ ਵੀ ਆ ਥੈਂਕ ਯੂ ਤੁਹਾਡਾ ਸਾਰਿਆਂ ਦਾ ਕਮੈਂਟ ਕਰਤਾ ਗੁੱਡ ਨਾਈਟ ਤੇ ਮਿਲਦੇ ਹਾਂ ਹੁਣ ਅਗਲੇ ਵਲੌਗ ਚ ਉਹਨੇ ਚਿਰ ਤੱਕ ਟੇਕ ਕੇਅਰ ਬੀ ਹੈਲਦੀ ਬੀ ਸੇਫ ਬਾਏ ਗਾਈਸ ਬਾਏ।